ਸ਼ਿਆਮ ਲਾਲ ਜੀ। ਕਿਹੜਾ ਪਿੰਡ ਹੈ ਜੀ? ਹਰੀ ਮਜਰਾ ਜੀ। ਤੁਸੀਂ ਪਿੰਡ ਦੇ ਵਿੱਚ ਕੀ ਦੇਖਿਆ ਜਿਹੜਾ ਕੰਮ ਨਹੀਂ ਹੋਏ ਹੈਗੇ ਜਿਹੜੇ ਤੁਸੀਂ ਕਰੋਗੇ ਅੱਗੇ ਵਾਸਤੇ? ਪਿੰਡ ਦੇ ਵਿੱਚ ਮੈਂ ਐਸਾ ਜੀ, ਦੇਖੋ ਪੁਰਾਣਾ ਗੰਦ ਜਿਹੜਾ ਪਿਆ ਹੋਇਆ, ਬੜਾ ਬੁਰਾ ਹਾਲ ਹੈ ਪਿੰਡ ਮਾ, ਤਾਂ ਕਿ ਵਾਰ ਨਹੀਂ ਉੱਠਿਆ ਅਜੇ ਤੱਕ, ਅਸੀਂ ਚੱਕਾਂਗੇ। ਕੀ ਨਾਮ ਵੀਰ ਜੀ ਤੁਹਾਡਾ? ਮੇਰਾ ਨਾਂ ਜਸਪਾਲ ਸਿੰਘ ਜੀ, ਸਾਬਕਾ ਮੈਂਬਰ ਬਲਾਕ ਸਮਿਤੀ ਘਨੌਰ, ਹਲਕਾ ਘਨੌਰ। ਪਿੰਡ ਦੇ ਵਿੱਚ 70 ਸਾਲ ਤੋਂ ਗਲੀਆਂ ਲਾਉਂਦੀਆਂ ਦੇ ਕੰਮ ਚੱਲਦੇ ਆ ਰਹੇ ਹੈ ਅਤੇ ਉਹ ਨਹੀਂ ਬਣੀਆਂ ਅੱਜ ਤੱਕ। ਹੋਰ ਕਿਹੜੇ ਕਿਹੜੇ ਮੁੱਦੇ ਆ ਪਿੰਡ ਦੇ ਵਿੱਚ ਜਿਹੜੇ ਤੁਸੀਂ ਅੱਗੇ ਹੋ ਕੇ ਕਰੋਗੇ? ਹਾਂ ਜੀ, ਬਹੁਤ ਵਧੀਆ ਸਵਾਲ ਹੈਗਾ ਇਹ। ਜਿਹੜਾ ਹੈਗਾ ਪਿੰਡ ਦੇ ਵਿੱਚ ਵਿਕਾਸ ਦਾ ਬਹੁਤ ਕੰਮ ਅਧੂਰਾ ਪਿਆ ਹੈਗਾ, ਜਿਵੇਂ ਗਲੀਆਂ ਨਾਲੀਆਂ, ਛੱਪੜ ਦਾ ਪਾਣੀ, ਛੱਪੜ ਦੀ ਸਫਾਈ, ਪਿੰਡ ਦੇ ਨਿਕਾਸ ਦਾ ਕੋਈ ਪ੍ਰਬੰਧ ਨਹੀਂ ਹੈਗਾ, ਕਿਉਂਕਿ ਪਿਛਲੀ ਪੰਚਾਇਤ ਨੇ ਵੀ ਕੋਈ ਪ੍ਰਬੰਧ ਨਹੀਂ ਕਰਕੇ ਦਿੱਤਾ, ਸਾਡੇ ਲੋਕਾਂ ਨੂੰ ਕੋਈ ਸਹੂਲਤ ਨਹੀਂ ਮਿਲੀ ਹੈਗੀ। ਇਹ ਜਿਹੜੀਆਂ ਲੋਕਾਂ ਵੱਲੋਂ, ਸਰਕਾਰ ਵੱਲੋਂ ਆਈਆਂ ਸਹੂਲਤਾਂ ਅਧੂਰੀਆਂ ਪਈਆਂ, ਅਸੀਂ ਪਿੰਡ ਵਾਸੀਆਂ ਨੂੰ ਸਹੂਲਤਾਂ ਵੀ ਦਵਾਵਾਂਗੇ ਅਤੇ ਪਿੰਡ ਦੇ ਵਿਕਾਸ ਦੇ ਵਿੱਚ ਵੀ ਪੂਰਾ ਸਹਿਯੋਗ ਦੇਵਾਂਗੇ, ਸਰਕਾਰ ਨੂੰ ਵੀ ਸਰਕਾਰੀ ਤੌਰ 'ਤੇ ਪੂਰਾ ਸਹਿਯੋਗ ਦੇਵਾਂਗੇ ਕਿ ਸਾਡੇ ਪਿੰਡ ਦਾ ਵਿਕਾਸ ਜਿਹੜਾ ਪੂਰੇ ਜ਼ੋਰਾਂ ਸ਼ੋਰਾਂ 'ਤੇ ਹੋ ਸਕੇ। ਇਸ ਕਰਕੇ ਅਸੀਂ ਸਰਦਾਰ ਸ਼ਿਆਮ ਲਾਲ ਦੀ ਨੂੰਹ ਨੂੰ ਸਰਪੰਚ ਬਣਾਉਣ ਜਾ ਰਹੇ ਹਾਂ। ਅਸੀਂ ਆਪਣੇ ਵੱਲੋਂ ਇਹਨਾਂ ਨੂੰ ਪੂਰੀ ਸਪੋਰਟ ਦੇ ਰਹੇ ਹਾਂ, ਕਿਉਂਕਿ ਸਾਡਾ ਕੈਂਡੀਡੇਟ ਬਹੁਤ ਸੂਝਵਾਨ ਅਤੇ ਪੜ੍ਹਿਆ ਲਿਖਿਆ ਸਾਨੂੰ ਕੈਂਡੀਡੇਟ ਮਿਲਿਆ ਗਿਆ, ਜਿਸ ਨੂੰ ਅਸੀਂ ਪੂਰੇ ਜ਼ੋਰ ਨਾਲ ਵੋਟਾਂ ਪਵਾ ਕੇ ਕਾਮਯਾਬ ਬਣਾਵਾਂਗੇ। ਸਰਕਾਰ ਦੀ ਝੋਲੀ ਦੇ ਵਿੱਚ ਸਾਡਾ ਸਰਪੰਚ ਜੁੜ ਕੇ ਕਾਂਗਰਸ ਵੱਲੋਂ, ਉਹਨਾਂ ਦੀ ਝੋਲੀ ਦੇ ਮਦਨ ਲਾਲ ਜਲਾਲਪੁਰ ਹਲਕਾ ਘਨੌਰ ਤੋਂ MLA ਸਾਹਿਬ, ਉਹਨਾਂ ਦੀ ਝੋਲੀ ਦੇ ਵਿੱਚ ਪਾਵਾਂਗੇ। ਆਲ ਇੰਡੀਆ ਜਨਰਲ ਸੈਕਟਰੀ ਰਜੀਵ ਮੰਚ ਤੋਂ ਮੈਨੂੰ ਮਹਾਰਾਣੀ ਸਾਹਿਬ ਦਾ ਦੇਸ ਹੋਇਆ ਸੀ ਇਸ ਪਿੰਡ ਦੇ ਵਿੱਚ ਆਉਣ ਵਾਸਤੇ। ਮੈਂ ਕਿਹੜੇ ਪਿੰਡ 'ਚ ਆ ਜੀ? ਹਰੀ ਮਾਜਰੇ ਪਿੰਡ 'ਚ ਜੀ। ਹਰੀਮਾ ਇਹ ਸਤਪਾਲ ਪਰਿਵਾਰ ਨਾਲ ਮੇਰਾ ਬਹੁਤ ਵਧੀਆ ਪਿਆਰ ਆ ਜੀ, 30-35 ਸਾਲ ਤੋਂ ਇਹਨਾਂ ਦੀ ਨੂੰਹ ਇੱਥੋਂ ਇਲੈਕਸ਼ਨ 'ਚੋਂ ਖੜ੍ਹੀ ਆ। ਇਸ ਪਿੰਡ ਦੇ ਵਿੱਚ ਬਹੁਤ ਕੰਮ ਪਹਿਲੀਆਂ ਸਰਕਾਰਾਂ ਦੇ ਰੁਕੇ ਹੋਏ ਨੇ। ਮੈਂ ਇਸ ਚੀਜ਼ ਦੀ ਅਪੀਲ ਕਰਦਾ ਵੀ ਇੱਕ ਇੱਕ ਵੋਟ ਪਾ ਕੇ ਸਤਪਾਲ ਦੀ ਨੂੰਹ ਨੂੰ ਜਿਤਾਓ, ਅਤੇ ਜਿਹੜੇ ਕੰਮ ਤੁਹਾਡੇ ਰੁਕੇ ਹੋਏ ਨੇ ਮਹਾਰਾਣੀ ਸਾਹਿਬ ਨੂੰ ਅਤੇ MLA ਸਾਹਿਬ ਨੂੰ ਮੈਂ ਕਹਿ ਕੇ ਪਹਿਲੇ ਆਧਾਰ 'ਤੇ ਕੰਮ ਕਰਾਂਗਾ, ਇਸਦਾ ਜ਼ਿੰਮੇਵਾਰ ਮੈਂ ਤੁਹਾਡੇ ਨਾਲ ਹਾਂ। ਮੈਂ ਤੁਹਾਨੂੰ ਵਾਰ ਵਾਰ ਇਸ ਚੀਜ਼ ਦੀ ਅਪੀਲ ਕਰਦਾ ਕਿ ਬਹੁਤ ਵਧੀਆ ਪਰਿਵਾਰ ਆ, ਬਹੁਤ ਵਧੀਆ ਘਰ ਆ, ਕਿ ਤੁਹਾਡੇ ਇਹ ਆਪ ਸਰਪੰਚ ਨਹੀਂ ਬਣਨਗੇ, ਤੁਸੀਂ ਆਪ ਸਰਪੰਚ ਬਣੋਗੇ ਅਤੇ ਇੱਕ ਇੱਕ ਵੋਟ ਇਹਨਾਂ ਨੂੰ ਪਾ ਕੇ ਤੁਸੀਂ ਕਾਮਯਾਬ ਕਰਾਓ। ਇਹ ਮੌਕਾ ਹੱਥੋਂ ਨਹੀਂ ਗਵਾਉਣਾ, ਇਹ ਮੌਕਾ ਤੁਹਾਡੇ ਹੱਥ 'ਚ ਹੈ, ਤੁਸੀਂ ਆਪਣੀ ਮਰਜ਼ੀ ਨਾਲ ਸਰਪੰਚ ਬਣਾਉਣਾ। ਜਿਹੜਾ ਸਰਪੰਚ ਤੁਹਾਨੂੰ ਮਿਲ ਰਿਹਾ ਇਹ ਬਹੁਤ ਵਧੀਆ ਮਿਲ ਰਿਹਾ, ਇਹ ਸਤਪਾਲ ਜੀ ਨੂੰ ਕਾਮਯਾਬ ਕਰਕੇ ਤੁਸੀਂ ਇੱਕ ਇੱਕ ਵੋਟ ਕਰੋ। ਜੈ ਹਿੰਦ।